ਸੋ ਨੈਕਸਟ ਕੁਸ਼ਨ ਇਸ ਤਰ੍ਹਾਂ ਹੈ ਜੀ ਜੇਕਰ ਐਚ ਸੀ ਐਫ 6,20 2 ਦੈਨ ਐਲ ਸੀ ਐਮ 6,20 ਪਤਾ ਕਰੋ 6,20 ਦਾ ਐਚ ਸੀ ਐਫ ਆਪਾਂ ਦਿੱਤਾ ਹੋਇਆ ਹੈ ਬਰਾਬਰ 2 ਤੇ ਐਲ ਸੀ ਐਮ ਸਾਨੂੰ ਆਪਾਂ ਪਤਾ ਕਰਨਾ ਹੈ ਦੇਖੋ 6,20 ਦਾ ਜੋ ਐਚ ਸੀ ਐਫ ਹੈ ਉਹ 2 ਦੇ ਇਕੁਅਲ ਹੈ ਤੇ ਆਪਾਂ ਤੁਹਾਨੂੰ 6,20 ਦਾ ਐਲ ਸੀ ਐਮ ਫਾਈਂਡ ਆਊਟ ਕਰਨਾ ਹੈ ਤੇ ਇਸ ਤੋਂ نیچے ਆਪਾਂ ਨੂੰ ਚਾਰ ਇਸ ਦੀਆਂ ਆਪਸ਼ਨ ਦਿੱਤੀਆਂ ਹੋਈਆਂ ਹਨ ਹੁਣ ਸੁਣੋ ਇਸ ਕੁਐਸਚਨ ਦੇ ਵਿੱਚ ਛਿੰਟ ਵੀ ਲਿਖਿਆ ਹੋਇਆ ਹੈ ਕਿ LCM HCF ਕਿਸ ਦੇ ਇਕੁਅਲ ਟੂ ਹੁੰਦਾ ਹੈ? ਪ੍ਰੋਡਕਟ ਆਫ ਟੂ ਨੰਬਰਸ ਦੇ ਇਕੁਅਲ ਟੂ ਇਸ ਫਾਰਮੂਲੇ ਨੂੰ ਆਪਾਂ ਯੂਜ਼ ਕਰਨਾ ਹੈ ਜੀ। LCM HCF ਕਿਸ ਦੇ ਇਕੁਅਲ ਟੂ ਹੈ ਜੀ ਲਿਖਿਆ ਹੋਇਆ ਪ੍ਰੋਡਕਟ ਆਫ ਟੂ ਨੰਬਰਸ ਤੇ ਦੋ ਨੰਬਰਸ ਆਪਣੇ ਕੋ ਕਿਹੜੇ-ਕਿਹੜੇ ਦਿੱਤੇ ਹੋਏ ਹਨ। 6, 20 ਦਾ ਮਤਲਬ ਪਹਿਲਾ ਨੰਬਰ 6 ਹੈ ਤੇ ਦੂਸਰਾ ਸਟੂਡੈਂਟ ਨੰਬਰ ਆਪਣੇ ਕੋਲ V ਹੈ ਇਟ ਮੀਨ LCM HCF ਕਿਸ ਦੇ ਇਕੁਅਲ ਟੂ ਆ ਜਾਏਗਾ ਪ੍ਰੋਡਕਟ ਆਫ ਟੂ ਨੰਬਰ ਜਾਂ ਦੋ ਸੰਖਿਆਵਾਂ ਦਾ ਗੁਣਨਫਲ ਤੇ ਇਸ ਨੂੰ ਆਪਾਂ ਨੂੰ LCM ਆਪਾਂ ਫਾਈਂਡ ਆਊਟ ਕਰਨਾ ਹੈ ਤੇ HCF ਦੀ ਵੈਲਿਊ ਆਪਾਂ ਨੂੰ ਦਿੱਤੀ ਹੋਈ ਹੈ ਦੇਖੋ HCF ਕਿਸ ਦੇ ਇਕੁਅਲ ਦਿੱਤਾ ਹੈ 2 ਦੇ ਇਕੁਅਲ ਇਸ ਇਕੁਅਲ ਟੂ ਆ ਜਾਏਗਾ 6, 20 ਤੇ ਹੁਣ ਆਪਾਂ LCM ਕਿਸ ਤਰ੍ਹਾਂ ਫਾਈਂਡ ਆਊਟ ਕਰਨਾ ਹੈ ਸਟੂਡੈਂਟ LCM ਕਿਸ ਦੇ ਇਕੁਅਲ ਟੂ ਆ ਜਾਏਗਾ 6.20 ਤੇ ਇਹ ਜੋ 2 ਹੈ ਉਹ دوسری طرف نیچے چلا ਜਾਏਗਾ ਇਹ ਜੋ 2 ਹੈ ਇਹ نیچے ਆ ਜਾਏਗਾ 6, 6 20 ਦੇ ਤੇ ਹੁਣ ਆਪਾਂ 2 ਦੇ ਪਹਾੜੇ ਵਿੱਚ ਇਸ ਦੀ ਕਰ ਦੇਣੀ ਹੈ ਕਟਿੰਗ 2 ਦੇ ਪਹਾੜੇ ਵਿੱਚ 6 ਕੱਟਿਆ ਜਾਏਗਾ 3 ਤੇ ਤੇ ਤੈਨੂੰ ਆਪਾਂ 20 ਦੇ ਨਾਲ ਕਰ ਦੇਣਾ ਹੈ ਗੁਣਾ 20 3 ਕਿੰਨਾ ਆ ਜਾਏਗਾ 60 ਇਟ ਮੀਨ ਇਹ ਦੋ ਸੰਖਿਆਵਾਂ ਦਾ ਇਹ ਦੋ ਨੰਬਰਸ ਦਾ ਜੋ ਐਲਸੀਐਮ ਹੈ ਉਹ ਕਿਸ ਦੇ इक्वल टू ਆ ਜਾਏਗਾ 60 ਦੇ इक्वल ਇਟ ਮੀਨ ਕਿਹੜੀ ਆਪਸ਼ਨ ਰਾਈਟ ਹੈ ਜੀ D option is the right option.